ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਚੋਣ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਸਵਾਲ ਖੜ੍ਹੇ ਹੁੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਸਹੁੰ ਚੱਕਣ ਲੋਕ ਸਭਾ ਜਾਣਗੇ ਜਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਦੇ ਕੀ ਅਧਿਕਾਰ ਨੇ, ਤਾਂ ਇਹ ਸਵਾਲ ਹੁਣ ਆਮ ਲੋਕਾਂ ਦੇ ਵਿੱਚ ਉੱਠੇ ਜਾ ਰਹੇ ਨੇ। ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਪ੍ਰੋਪਕਾਰ ਸਿੰਘ ਘੁੰਮਣ। ਘੁੰਮਣ ਸਾਹਿਬ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਘੁੰਮਣ ਸਾਹਿਬ, ਅੰਮ੍ਰਿਤਪਾਲ ਸਿੰਘ ਚੋਣ ਜਿੱਤਦੇ ਨੇ ਵੱਡੇ ਮਾਰਜਨ ਦੇ ਨਾਲ, ਜਿੱਤ ਕੇ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਨੇ, ਤਾਂ ਹੁਣ ਸਵਾਲ ਖੜ੍ਹੇ ਹੋ ਰਹੇ ਨੇ ਕਿ ਉਹ ਸਹੁੰ ਚੱਕਣ ਵਾਸਤੇ ਡਿਬਰੂਗੜ੍ਹ ਜੇਲ੍ਹ ਤੋਂ ਲੋਕ ਸਭਾ ਜਾ ਸਕਦੇ ਨੇ ਜਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਐਜ਼ ਮੈਂਬਰ ਪਾਰਲੀਮੈਂਟ ਕੀ ਉਹਨਾਂ ਦੇ ਕਾਨੂੰਨੀ ਅਧਿਕਾਰ ਨੇ। ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਕਿ ਅਪ੍ਰੈਲ 2023 ਦੇ ਵਿੱਚ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਅਰੈਸਟ ਹੋਈ ਸੀਗੀ ਐਨਐਸਏ ਤਹਿਤ, ਅਤੇ ਐਨਐਸਏ ਜਿਹੜਾ ਹੈਗਾ ਇਹਨਾਂ ਨੇ ਅੱਗੇ ਐਕਸਟੈਂਡ ਵੀ ਕਰਤਾ। ਇਲੈਕਸ਼ਨ ਜਿੱਤਣਾ ਡਿਫਰੈਂਟ ਇਸ਼ੂ ਹੈਗੀ ਹੈ, ਲੇਕਿਨ ਜਿਹੜਾ ਸਹੁੰ ਚੱਕਣਾ ਹੈਗਾ ਉਹਦੇ ਵਾਸਤੇ ਅੰਮ੍ਰਿਤਪਾਲ ਸਿੰਘ ਜੀ ਨੂੰ ਇੱਕ ਐਪਲੀਕੇਸ਼ਨ ਲਗਾਉਣੀ ਪੈਣੀ ਹੈ, ਪਰਮਿਸ਼ਨ ਲੈਣੀ ਪੈਣੀ ਹੈ ਕੋਰਟ ਤੋਂ, ਮਾਨਯੋਗ ਅਦਾਲਤ ਤੋਂ, ਔਰ ਮਾਨਯੋਗ ਅਦਾਲਤ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਹੀ ਉਹਨਾਂ ਨੂੰ ਅਲਾਓ ਕਰੂਗੀ, ਕਿਉਂਕਿ ਕੋਨਸਟੀਟਿਊਸ਼ਨ ਰਾਈਟ ਹੈਗਾ ਉਹਨਾਂ ਦਾ ਹੁਣ, ਕਿਉਂਕਿ ਜਿੱਤ ਚੁੱਕੇ ਆ ਇਲੈਕਸ਼ਨ, ਪਬਲਿਕ ਮੈਂਡੇਟ ਆ ਗਿਆ ਉਹਨਾਂ ਕੋਲ, ਡੈਮੋਕ੍ਰੈਟਿਕ ਰਾਈਟ ਹੈਗਾ ਕੋਨਸਟੀਟਿਊਸ਼ਨ ਦੇ ਥੱਲੇ, ਉਹਨਾਂ ਅਲਾਓ ਕਰੂਗੀ ਔਰ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਨੂੰ ਦਿੱਲੀ ਲਿਆ ਜਾਏਗਾ, ਪਾਰਲੀਮੈਂਟ ਲਿਜਾਇਆ ਜਾਏਗਾ, ਉੱਥੇ ਸਹੁੰ ਚੁੱਕੀ ਜਾਊਗੀ, ਔਰ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਜੀ ਕੋਲ ਰਾਈਟ ਹੋਊਗਾ ਕਿ ਉਹ ਪੁਲਿਸ ਕਸਟਡੀ ਦੇ ਵਿੱਚ ਹੀ ਵਾਪਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਪੁਲਿਸ ਬੰਦ ਕਰੇ। ਤਾਂ ਇਹ ਤਾਂ ਰਾਈਟ ਆ ਜਿਹੜਾ ਵਾ ਤੁਸੀਂ ਸਹੁੰ ਚੱਕਣ ਨੂੰ ਲੈ ਕੇ ਦੱਸਿਆ, ਕੱਲ੍ਹ ਨੂੰ ਲੋਕ ਸਭਾ ਦੀ ਪ੍ਰੋਸੀਡਿੰਗ ਅੱਗੇ ਵੱਧਦੀ ਹੈ, ਸੈਸ਼ਨ ਸ਼ੁਰੂ ਹੁੰਦੇ ਨੇ ਜਾਂ ਕੋਈ ਹੋਰ ਕਾਰਵਾਈ ਹੁੰਦੀ ਹੈ ਜਾਂ ਹਲਕੇ ਵਾਸਤੇ, ਹਲਕੇ ਦੇ ਕੰਮਾਂ ਵਾਸਤੇ, ਉਹਨਾਂ ਵਾਸਤੇ ਅੰਮ੍ਰਿਤਪਾਲ ਸਿੰਘ ਕੋਲ ਕੀ ਕਾਨੂੰਨੀ ਅਧਿਕਾਰ ਨੇ ਜਾਂ ਕੀ ਕਾਨੂੰਨ ਦੇ ਵਿੱਚ ਉਹਨਾਂ ਨੂੰ ਪ੍ਰੋਵੀਜ਼ਨ ਨੇ ਕਿ ਉਹ ਪ੍ਰੋਸੀਡਿੰਗ ਜਿਹੜਾ ਵਾ ਅਟੈਂਡ ਕਰ ਸਕਦੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਗਰ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਆਪਣੀ ਲਗਾਉਣਗੇ, ਅਗਰ ਉਹ ਜ਼ਮਾਨਤ ਉਹਨਾਂ ਦੀ ਡਿਸਮਿਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਲੈਟਰ ਲਿਖਣੀ ਪੈਣੀ ਹੈ ਸਪੀਕਰ ਸਾਹਿਬ ਨੂੰ, ਜਿਹੜਾ ਲੋਕ ਸਭਾ ਦਾ ਸਪੀਕਰ ਸਾਹਿਬ ਨੇ, ਕਿ ਮੈਨੂੰ ਐਗਜ਼ੈਂਪਟ ਕੀਤਾ ਜਾਵੇ, ਮੈਂ ਹਾਜ਼ਰ ਨਹੀਂ ਹੋ ਸਕਦਾ। ਅਗਰ ਉਹਨਾਂ ਨੇ ਹਰ ਤਰੀਕ 'ਤੇ ਹਾਜ਼ਰ ਹੋਣਾ ਉੱਥੇ ਜਦੋਂ ਚੱਲਦੇ ਹੈਗੇ ਪ੍ਰੋਸੀਡਿੰਗ ਚੱਲਦੀਆਂ ਨੇ, ਲੋਕ ਸਭਾ ਦੀਆਂ ਸੈਸ਼ਨ ਚੱਲਦਾ ਹੈਗਾ, ਤਾਂ ਉਹਨਾਂ ਨੂੰ ਕੋਰਟ ਤੋਂ ਪਰਮਿਸ਼ਨ ਲੈਣੀ ਪੈਣੀ ਹੈ, ਅਤੇ ਕੋਰਟ ਅਗਰ ਅਲਾਓ ਕਰਦੀ ਹੈ ਤਾਂ ਉਹਨਾਂ ਨੂੰ ਉੱਥੇ ਹਾਜ਼ਰੀ ਲੱਗੂਗੀ। ਅਤੇ ਜਿੰਨਾ ਲੋਕਲ ਏਰੀਏ ਦੇ ਜਿਹੜੇ ਕੋਈ ਕਿਉਂਕਿ ਖਡੂਰ ਸਾਹਿਬ ਦੇ ਵਿੱਚੋਂ ਜਿੱਤੇ ਹੈਗੇ ਹੈ, ਅਗਰ ਉਹਨਾਂ ਦੇ ਕੰਮਾਂ ਵਾਸਤੇ ਉਹਨਾਂ ਨੇ ਆਵਾਜ਼ ਰੇਜ਼ ਕਰਨੀ ਹੈਗੀ ਹੈ ਤਾਂ ਡੈਫੀਨੇਟਲੀ ਪਹਿਲੇ ਉਹਨਾਂ ਨੂੰ ਉੱਥੋਂ ਦੇ ਪ੍ਰੋਬਲਮਸ ਬਾਰੇ ਜਾਣੂ ਹੋਣਾ ਚਾਹੀਦਾ। ਇਲੈਕਸ਼ਨ ਦੇਖੋ ਜਿੱਤਣਾ ਕਿਉਂਕਿ ਇੱਕ ਲੋਕਾਂ ਦਾ ਸੈਂਟੀਮੈਂਟ ਹੈ, ਸੈਂਟੀਮੈਂਟ ਦੇ ਨਾਲ ਇਲੈਕਸ਼ਨ ਜਿੱਤੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈਗੀ ਹੈ, ਲੇਕਿਨ ਉਸ ਤੋਂ ਬਾਅਦ ਉੱਥੇ ਨਿਭਾਉਣਾ ਔਰ ਉਸ ਏਰੀਆ ਦਾ ਆਵਾਜ਼ ਚੁੱਕਣੀ ਪਾਰਲੀਮੈਂਟ ਦੇ ਵਿੱਚ, ਉੱਥੋਂ ਜਿਹੜੇ ਪ੍ਰੋਬਲਮਸ ਲੋਕਾਂ ਦੀ ਹੈਗੀਆਂ, ਦਿੱਕਤਾਂ ਹੈਗੀਆਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਪਹਿਲੇ ਤਾਂ ਲੋਕਾਂ ਨੂੰ ਮਿਲਣਾ ਪਊਗਾ, ਔਰ ਮਿਲਣ ਵਾਸਤੇ ਵੀ ਜਿਹੜੀ ਹੈਗੀ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਹੈ ਲੋਕਾਂ ਵਾਸਤੇ ਕਿ ਮੈਂ ਮਿਲਣਾ ਚਾਹੁੰਦਾ, ਔਰ ਜਾਂ ਤਾਂ ਲੋਕ ਉੱਥੇ ਡਿਬਰੂਗੜ੍ਹ ਜਾਣਗੇ ਮਿਲਣ ਵਾਸਤੇ ਉਹਨਾਂ ਨੂੰ, ਅਗਰ ਜ਼ਮਾਨਤ ਨਹੀਂ ਹੁੰਦੀ, ਅਗਰ ਜ਼ਮਾਨਤ ਹੁੰਦੀ ਹੈ ਫਿਰ ਵਾਪਸ ਆਪਣੇ ਇਲਾਕੇ ਜਾ ਕੇ ਉਹਨਾਂ ਜ਼ਮਾਨ ਜਿੰਨੀਆਂ ਵੀ ਪ੍ਰੋਬਲਮਸ ਹੋਣਗੀਆਂ ਉਹਨਾਂ ਹੱਲ ਕਰਨ ਵਾਸਤੇ ਪਾਰਲੀਮੈਂਟ 'ਚ ਆਵਾਜ਼ ਚੱਕਣਗੇ। ਹੁਣ ਗੱਲ ਇੱਕ ਖੜੀ ਹੁੰਦੀ ਹੈ ਬਹੁਤ ਜ਼ਰੂਰੀ ਜਿਹੜੀ ਹੈ, ਕਿਉਂਕਿ ਐਨਐਸਏ ਹੈ ਇੱਕ ਸਪੈਸ਼ਲ ਐਕਟ, ਨੈਸ਼ਨਲ ਸਿਕਿਉਰਿਟੀ ਐਕਟ, ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਬਹੁਤ ਰੇਅਰ ਹੈ ਕਿ ਕਦੀ ਕਿਸੇ ਜ਼ਮਾਨਤ ਹੁੰਦੀ ਹੋਵੇ, ਉਹਨਾਂ ਵਾਸਤੇ ਇਹਨਾਂ ਨੂੰ ਇੱਕ ਪੈਨਲ ਬਣਾਉਣਾ ਚਾਹੀਦਾ ਹੈਗਾ, ਅਤੇ ਪੈਨਲ ਬਣਾ ਕੇ ਜਿਹੜਾ ਹੈਗਾ ਵੈ ਉਹਦੇ ਪੈਨਲ ਜਿਹੜਾ ਇਹਨਾਂ ਨੂੰ ਅਗਰ ਡਿਬਰੂਗੜ੍ਹ ਮਿਲੇ ਤਾਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਦੱਸੇਗੀ, ਇਲਾਕੇ ਦੀਆਂ ਪ੍ਰੋਬਲਮਸ ਕੀ ਹੈ, ਪੰਜਾਬ ਦੀਆਂ ਪ੍ਰੋਬਲਮਸ ਕੀ ਹੈਗੀਆਂ ਨੇ, ਅਤੇ ਫਿਰ ਕੋਰਟ ਕੋਲੋਂ ਪਰਮਿਸ਼ਨ ਲਈ ਜਾਵੇ ਕਿ ਮੈਂ ਜਿਹੜੇ ਸਪੀਕਰ ਸਾਹਿਬ ਕੋਲ ਪ੍ਰੋਬਲਮ ਰੱਖਣਾ ਚਾਹੁੰਦਾ ਹੈਗਾ, ਅਤੇ ਮਾਨਯੋਗ ਜਿੰਨੇ ਮੰਤਰੀ ਹੈਗੇ ਕੰਸਰਨ ਮੰਤਰੀ ਹੈਗੇ ਨੇ ਜਾਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਆ ਉਹਨਾਂ ਕੋਲ ਪ੍ਰੋਬਲਮ ਲੈ ਕੇ ਜਾਣਾ ਚਾਹੁੰਦਾ, ਫਿਰ ਕੋਰਟ ਨੇ ਦੇਖਣਾ
ਕਿ ਮੈਂ ਇਹਨੂੰ ਪਰਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ, ਕਿਆ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਪ੍ਰੋਬਲਮਸ ਲੈ ਕੇ ਗੱਲ ਕਰਨੀ ਚਾਹੁੰਦੇ ਆ, ਕੁਸ਼ਚਨ ਰੇਜ਼ ਕਰਨਾ ਚਾਹੁੰਦੇ ਆ ਪਾਰਲੀਮੈਂਟ 'ਚ, ਇਹ ਵੈਲਿਡ ਹੈ ਨਹੀਂ ਵੈਲਿਡ ਹੈ, ਇੱਕ ਸਿਸਟਮ ਹੈਗਾ, ਠੀਕ ਹੈ ਜੀ। ਅਗਰ ਕੋਰਟ ਪਰਮਿਸ਼ਨ ਦਿੰਦੀ ਹੈ ਫਿਰ ਤਾਂ ਇਹ ਸਾਰੀਆਂ ਪ੍ਰੋਸੀਡਿੰਗ ਅਟੈਂਡ ਕਰਨਗੇ, ਨਹੀਂ ਤਾਂ ਪ੍ਰੋਸੀਡਿੰਗ ਅਟੈਂਡ ਕਰਨ ਵਾਸਤੇ ਅਗਰ ਇਹ ਪੁਲਿਸ ਕਸਟਡੀ ਵਿੱਚ ਜਾਣਗੇ ਤਾਂ ਪੁਲਿਸ ਕਸਟਡੀ ਵਿੱਚ ਹੀ ਵਾਪਸ ਜੇਲ੍ਹ ਦੇ ਵਿੱਚ ਵਾਪਸ ਆਉਣ ਕਰਨਗੇ। ਤਾਂ ਪ੍ਰਚਾਰ ਦੇ ਦੌਰਾਨ ਇੱਕ ਇਸ਼ੂ ਬੜੇ ਰੇਜ਼ ਹੁੰਦੇ ਨਜ਼ਰ ਆਏ ਨੇ ਖਡੂਰ ਸਾਹਿਬ ਦੇ ਵਿੱਚ, ਤਾਂ ਉਹਨਾਂ ਦੇ ਸਮਰਥਕ ਇਹ ਕਹਿੰਦੇ ਨਜ਼ਰ ਆਏ ਸੀਗੇ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵਾਸਤੇ ਉਹਨਾਂ ਨੂੰ ਲੋਕ ਸਭਾ ਪਹੁੰਚਾਉਣਾ ਬਹੁਤ ਜ਼ਰੂਰੀ ਆ। ਤਾਂ ਹੁਣ ਲੋਕ ਸਭਾ ਪਹੁੰਚ ਚੁੱਕੇ ਨੇ ਤਾਂ ਰਿਹਾਈ ਨੂੰ ਲੈ ਕੇ ਐਜ਼ ਮੈਂਬਰ ਪਾਰਲੀਮੈਂਟ ਕੋਈ ਕਾਨੂੰਨੀ ਅਧਿਕਾਰ ਹੈ ਕਿ ਉਸਦੇ ਮੈਂਬਰ ਪਾਰਲੀਮੈਂਟ ਦੇ ਵਜੋਂ ਰਿਹਾਈ ਹੋ ਸਕੇ? ਇਹਦੇ ਬਾਰੇ ਕੋਈ ਸਪੈਸ਼ਲ ਲਾਅ ਨਹੀਂ ਹੈਗਾ, ਉਹ ਰਿਪ੍ਰੈਜੈਂਟੇਟਿਵ ਹੈਗੇ ਨੇ, ਨੋ ਡਾਊਟ ਅਬਾਊਟ ਇਟ, ਰਿਪ੍ਰੈਜੈਂਟੇਟਿਵ ਪੀਪਲ, ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਸਾਡਾ ਬਣਿਆ ਹੋਇਆ ਹੈ। ਲੇਕਿਨ ਅਗਰ ਕੋਈ ਕਾਨੂੰਨ ਦੀ ਉਲੰਘਣਾ ਕਰਦੇ ਹੈ ਉਹਦੇ ਵਿੱਚ ਜ਼ਮਾਨਤ ਲੈਣਾ ਜਿਹੜਾ ਹੈਗਾ ਵੈ ਜਾਂ ਜ਼ਮਾਨਤ ਦੇਣਾ ਉਹ ਕੋਰਟ ਦਾ ਕੰਮ ਹੈ। ਕੋਰਟ ਕਿਸੇ ਦੀ ਜਿੱਤ ਹਾਰ ਨਾਲ ਕੋਰਟ ਦਾ ਕੋਈ ਮਤਲਬ ਨਹੀਂ ਹੈਗਾ। ਅਗਰ ਉਹਨਾਂ ਨੇ ਕੋਈ ਕਾਨੂੰਨ ਇੱਦਾਂ ਦਾ ਹੈਗਾ ਜਿਹਦੀ ਉਲੰਘਣਾ ਕੀਤੀ ਹੈ, ਜੇ ਕੋਰਟ ਸਮਝਦੀ ਹੈ ਕਿ ਉਹਦੀ ਜ਼ਮਾਨਤ ਦੇਣੀ ਬਣਦੀ ਹੈ ਤਾਂ ਕੋਰਟ ਜ਼ਰੂਰ ਉਹਨੇ ਬਹਿਸ ਸੁਣ ਕੇ ਜੋ ਮੈਰਿਟ ਹੋਊਗੀ ਉਹ 'ਤੇ ਔਡਰ ਪਾਸ ਕਰੂਗੀ। ਅਗਰ ਕੋਰਟ ਸਮਝਦੀ ਹੈ ਕਿ ਇਹਨੇ ਜ਼ਮਾਨਤ ਦੇਣਾ ਨਹੀਂ ਬਣਦੀ ਹੈਗੀ ਤਾਂ ਉਹ ਰਿਜੈਕਟ ਕਰ ਦੂਗੀ। ਲੇਕਿਨ ਕਿਸੇ ਦੇ ਕਹਿਣ ਨਾਲ ਇੱਕ ਫਲੋ ਕਰਨ ਨਾਲ ਕੀ ਇਲੈਕਸ਼ਨ ਜਿੱਤੇ ਜਾਂਦੇ ਹੈਗੇ ਆ ਤਾਂ ਉਹਦੇ ਵਾਸਤੇ ਜ਼ਮਾਨਤ ਉਹਦੀ ਹੋ ਜੂਗੀ ਜਾਂ ਉਹ ਬਰੀ ਹੋ ਜਾਣਗੇ ਜਾਂ ਰਿਹਾਈ ਹੋ ਜੂਗੀ, ਇੱਕ ਮਿਸਕਨਸੈਪਸ਼ਨ ਹੈ, ਇੱਕ ਝੂਠ ਹੈ। ਜਿਵੇਂ ਹੁਣ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਮੈਨੂੰ ਮੇਰੀ ਲੜਾਈ ਹੈਗੀ ਹੈ, ਇਹ ਮੈਨੂੰ ਇਸ ਕਰਕੇ ਮੈਂ ਲੜ ਰਿਹਾ ਅਗਰ ਮੈਂ ਜਿੱਤ ਗਿਆ ਤਾਂ ਮੈਂ ਬਾਹਰ ਆ ਜੂੰਗਾ, ਜਾਂ ਮੈਂ ਜਿਹੜੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜ ਰਿਹਾ ਜੇ ਮੈਂ ਅੰਦਰ ਵੀ ਜਾ ਲੋਕਾਂ ਕਰਕੇ ਲੜ ਰਿਹਾ, ਇਹ ਸਾਰੀਆਂ ਗੱਲਾਂ ਮਿਸਕਨਸੈਪਸ਼ਨਸ ਹੁੰਦੀਆਂ ਨੇ। ਤਾਂ ਕਾਨੂੰਨ ਦੇ ਵਿੱਚ ਹੁੰਦਾ ਕੋਈ? ਨਾ ਨਾ ਨਾ, ਕਾਨੂੰਨ ਦੇ ਵਿੱਚ ਅਗਰ ਕੋਈ ਬੰਦੇ ਨੇ, ਕੋਈ ਮਿਨਿਸਟਰ ਹੋਵੇ, ਕੋਈ ਬਿਊਰੋਕਰੇਟ ਹੋਵੇ, ਅਗਰ ਉਹ ਪੈਸੇ ਲੈ ਲੈਂਦਾ ਉਹਦੇ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਤਾਂ ਲੱਗ ਜਾਂਦੇ ਕੇਸਿਸ, ਤਾਂ ਉਹਦੇ ਪਰਸਨ ਹੈਗਾ, ਉਹਨੇ ਇੱਕ ਅਧਿਕਾਰ ਇੱਕ ਅਥੋਰਿਟੀ ਦਾ ਮਿਸਯੂਜ਼ ਕੀਤਾ। ਇੱਦਾਂ ਹੀ ਅਗਰ ਅੰਮ੍ਰਿਤਪਾਲ ਸਿੰਘ ਨੂੰ ਕੋਰਟ ਸੋਚਦੀ ਹੈ ਜਾਂ ਕੋਰਟ ਨੂੰ ਡਾਕੂਮੈਂਟਸ ਦੇ ਕੇ ਕਹਿੰਦੀ ਹੈ ਕਿ ਇਹਨੇ ਉਲੰਘਣਾ ਕੀਤੀ ਹੈ ਕਾਨੂੰਨ ਦੀ, ਤਾਂ ਜ਼ਮਾਨਤ ਦੇਣ ਦਾ ਅਧਿਕਾਰ ਸਿਰਫ ਅਤੇ ਸਿਰਫ ਕੋਰਟ ਕੋਲ ਹੈਗਾ, ਮਾਨਯੋਗ ਅਦਾਲਤ ਕੋਲ ਹੈਗਾ, ਪਾਰਲੀਮੈਂਟ ਕੋਲ ਕੋਈ ਨਹੀਂ ਹੈਗਾ, ਅਤੇ ਨਾ ਹੀ ਲੋਕਾਂ ਕੋਲ ਹੈਗਾ ਕਿ ਅਸੀਂ ਕਹਿ ਦਈਏ ਕਿ ਅੱਜ ਇਲੈਕਸ਼ਨ ਜਿੱਤ ਗਏ ਅਤੇ ਜਿਹੜੇ ਹੈਗੇ ਆ ਰਿਹਾਈ ਹੋ ਜੂਗੀ। ਇੱਕ ਮਿਸਕਨਸੈਪਸ਼ਨ ਹੈਗੀ ਹੈ, ਇੱਕ ਝੂਠ ਹੈ ਜੋ ਫੈਲਾਇਆ ਜਾ ਰਿਹਾ ਹੈ। ਸੋ ਮੇਰੀ ਤਾਂ ਬੇਨਤੀ ਇਹੀ ਹੁੰਦੀ ਹੈ ਕਿ ਜੋ ਆਪਾਂ ਇਲੈਕਸ਼ਨ ਲੜਦੇ ਹਾਂ ਤਾਂ ਇਲੈਕਸ਼ਨ ਦੇ ਵਿੱਚ ਹਮੇਸ਼ਾ ਲੋਕਾਂ ਨੂੰ ਅਸੀਂ ਗੁੰਮਰਾਹ ਕਰਕੇ ਇਲੈਕਸ਼ਨ ਨਾ ਲੜੀਏ, ਲੋਕਾਂ ਨੂੰ ਸੱਚ ਤਾਂ ਬੋਲੀਏ। ਤਾਂ ਇੱਕ ਇਹ ਵੀ ਸਵਾਲ ਖੜਾ ਹੁੰਦਾ ਕਿ ਹੁਣ ਤੁਸੀਂ ਕਿਹਾ ਕੋਰਟ ਦੀ ਪਰਮਿਸ਼ਨ ਦੇ ਨਾਲ ਸਹੁੰ ਚੱਕ ਸਕਦੇ ਨੇ, ਤਾਂ ਕਿਹੜੀ ਕੋਰਟ ਦੇ ਵਿੱਚ ਅਪਲਾਈ ਕਰਨਾ ਪਊਗਾ? ਪੰਜਾਬ ਦੀ ਕੋਰਟ ਦੇ ਵਿੱਚ ਅਪਲਾਈ ਕਰਨਾ ਪਵੇਗਾ ਜਾਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਜਿਹੜੀ ਲੱਗਦੀ ਕੋਰਟ ਦੇ ਅਪਲਾਈ ਕਰਨਾ ਪਵੇਗਾ ਜਾਂ ਕਿਸੇ ਹੋਰ ਕੋਰਟ ਦੇ ਵਿੱਚ ਵੀ ਅਪਲਾਈ ਕਰ ਸਕਦੇ? ਨਹੀਂ, ਜਿਹੜਾ ਜਿੱਥੇ ਇਹਨਾਂ ਟ੍ਰਾਇਲ ਚੱਲਦਾ, ਜਿੱਥੇ ਇਹਨਾਂ ਦੇ ਖਿਲਾਫ਼ ਕੇਸ ਬਣਿਆ ਹੋਇਆ, ਜਿਹੜੀ ਅਦਾਲਤ ਦੇ ਵਿੱਚ ਇਹਨਾਂ ਕੋਈ ਚਲਾਨ ਪੇਸ਼ ਹੁੰਦਾ ਹੈ ਜਾਂ ਜਿੱਥੇ ਐੱਫ ਆਰ ਪੈਂਡਿੰਗ ਹੈਗੀ ਹੈ, ਟ੍ਰਾਇਲ ਕੋਰਟ ਨੂੰ ਕਿਹਾ ਜਾਂਦਾ, ਟ੍ਰਾਇਲ ਕੋਰਟ ਦੇ ਵਿੱਚ ਇਹਨਾਂ ਨੂੰ ਅਪਲਾਈ ਕਰਨਾ ਪਊਗਾ। ਅਗਰ ਟ੍ਰਾਇਲ ਕੋਰਟ ਉਹ ਰਿਜੈਕਟ ਕਰਦੀ ਹੈ ਫਿਰ ਜਿਹੜੀ ਇਹਨਾਂ ਨੂੰ ਪਰਮਿਸ਼ਨ ਲੈਣ ਵਾਸਤੇ ਹਰ ਕੋਰਟ ਕੋਲ ਜਾਣਾ ਪਊਗਾ। ਅਗਰ ਉਹ ਹੀ ਹਰ ਕੋਰਟ ਅਥੋਰ ਰਿਜੈਕਟ ਕਰਦੀ ਹੈ, ਆਪਾਂ ਕੋਲ ਸੁਪਰੀਮ ਕੋਰਟ ਤੱਕ ਹੈਗਾ, ਉਹਨਾਂ ਕੋਲ ਪ੍ਰੋਸੀਜਰ ਹੈਗਾ, ਇੱਕ ਵੇ ਹੈਗਾ, ਮੀਨਸ ਹੈਗੇ ਆ, ਬਟ ਉਹਦੇ ਵਾਸਤੇ ਇਹਨੂੰ ਅਪਲਾਈ ਕਰਨਾ ਜ਼ਰੂਰੀ ਹੈਗਾ ਵੈ, ਠੀਕ ਹੈ ਜੀ। ਔਰ ਅਗਰ ਕੋਰਟ ਅਲਾਓ ਕਰ ਦੂਗੀ, ਵੈਸੇ ਤਾਂ ਆਮ ਤੌਰ 'ਤੇ ਟ੍ਰਾਇਲ ਕੋਰਟ ਅਲਾਓ ਕਰ ਦਿੰਦੀ ਹੈਗੀ ਕਿਉਂਕਿ ਹੀ ਇਜ਼ ਅ ਇਲੈਕਟਿਡ ਪਰਸਨ, ਅਤੇ ਉਹਨਾਂ ਨੂੰ ਕੋਰਟ ਦੀਆਂ ਅਗਰ ਸਹੁੰ ਚੱਕਰ ਜਾਣਾ ਹੈਗਾ ਜਾਂ ਪਾਰਲੀਮੈਂਟ ਦੇ ਪ੍ਰੋਸੀਡਿੰਗ ਅਟੈਂਡ ਕਰਨੀਆਂ ਹੈਗੀਆਂ ਨੇ, ਸੈਸ਼ਨ ਅਟੈਂਡ ਕਰਨਾ ਹੈਗਾ, ਕਿਉਂਕਿ ਇੱਕ ਨੇਸ਼ਨ ਵਾਸਤੇ ਹੈ, ਨੇਸ਼ਨ ਜਿਹੜਾ ਫਸਟ ਹੁੰਦਾ ਵੈ, ਤਾਂ ਕੋਰਟ ਟੇਕ ਅਵੇ ਲਿਬਰਲ ਵਿਊ, ਅਗਰ ਉਹ ਅਪਲਾਈ ਕਰਦੇ ਆ ਮੇਰੇ ਹਿਸਾਬ ਨਾਲ ਉਹਨੂੰ ਪਰਮਿਸ਼ਨ ਮਿਲ ਜਾਣੀ ਚਾਹੀਦੀ ਹੈ। ਤਾਂ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਅਤੇ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸਾਰੀ ਪ੍ਰਕਿਰਿਆ ਨਿਭਾਈ ਪਊਗੀ? ਬਿਲਕੁਲ ਜੀ, ਬਿਨਾਂ ਪੁਲਿਸ ਕਸਟਡੀ ਤੋਂ ਜਦ ਤੱਕ ਜ਼ਮਾਨਤ ਨਹੀਂ ਹੁੰਦੀ,
ਪੁਲਿਸ ਕਸਟਡੀ ਦੇ ਵਿੱਚ ਹੀ ਉਹ ਸੈਸ਼ਨ ਅਟੈਂਡ ਕਰਨਗੇ ਅਤੇ ਪੁਲਿਸ ਕਸਟਡੀ ਦੇ ਅੰਦਰ ਹੀ ਉਹ ਜਾ ਕੇ ਉੱਥੇ ਸਹੁੰ ਜਿਹੜੇ ਚੱਕਣਗੇ, ਜਿਹੜੀ ਓਥ ਸੈਰੇਮਨੀ ਹੁੰਦੀ ਹੈ ਸਾਰੀ, ਉਹ ਪਾਰਲੀਮੈਂਟ ਜਾ ਕੇ ਚੱਕ ਸਕਦੇ ਆ ਜੀ। ਧੰਨਵਾਦ ਜੀ। ਬਿਲਕੁਲ, ਇਹ ਸੀਗੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਪ੍ਰੋਪਕਾਰ ਸਿੰਘ ਘੁੰਮਣ, ਜਿਹੜੇ NSA ਦੇ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਦੇ ਕਾਨੂੰਨੀ ਅਧਿਕਾਰਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਸਹੁੰ ਚੱਕ ਸਕਦੇ ਨੇ, ਕਾਨੂੰਨ ਦੇ ਵਿੱਚ ਉਹਨਾਂ ਨੂੰ ਅਧਿਕਾਰ ਮਿਲੇ ਹੋਏ ਨੇ, ਪਰ ਉਸਦੇ ਲਈ ਮਾਣਯੋਗ ਕੋਰਟ ਦਾ ਰੁੱਖ ਕਰਨਾ ਪਏਗਾ। ਮਾਣਯੋਗ ਕੋਰਟ ਦੀ ਪਰਮਿਸ਼ਨ 'ਤੇ ਹੀ ਉਹਨਾਂ ਨੂੰ ਸਹੁੰ ਚੁਕਾਉਣ ਵਾਸਤੇ ਲੋਕ ਸਭਾ ਲੈ ਕੇ ਜਾਇਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਵਾਪਸ ਡਿਬਰੂਗੜ੍ਹ ਜੇਲ੍ਹ ਆਉਣਾ ਪਵੇਗਾ। ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਲ, ਪੰਜਾਬ ਤੱਕ, ਲੁਧਿਆਣਾ।